चढ़ाई क्यों होगी। मैं शुभ नूं छोटे वीर नूं कहना चाहना, हिक ठोक के तेरे नाल छोटे वीर, जे तू गल पंजाब दी कीती है, जो पंजाब नाल होए धक्के दी गल कीती है, तेरे नाल हिक ठोक के वीरे जिथे मर्जी कढ़ा ली। ਇਹ ਗੱਲ ਆ ਸਿੰਗਰਾਂ ਜਾਂ ਆਰਟਿਸਟਾਂ ਦੇ ਵਿੱਚੋਂ ਨਾ ਸਾਨੂੰ ਸਮਝੀ ਬਈ, ਇਹ ਆਰਟਿਸਟ ਜਿਹੜੇ ਸਿੰਗਰ ਹੁੰਦੇ ਨੇ ਇਹਨਾਂ ਦੇ ਫੋਕੀਆਂ ਯਾਰੀਆਂ ਹੁੰਦੀਆਂ ਨੇ, ਫੋਕੀਆਂ ਟੌਹਰਾਂ ਹੁੰਦੀਆਂ ਨੇ। ਮੈਂ ਦੇਖਿਆ ਨਾ ਸਿੰਗਰਾਂ ਨਾਲ ਬਥੇਰਾ ਨਾਲ ਯਾਰੀਆਂ ਲਾ ਕੇ ਇਕੱਲੇ ਫੋਕੀਆਂ ਫੜਾ ਵਾਲੇ ਨੇ, ਇਹਨਾਂ ਦੀ ਕਿਸੇ 'ਚ ਦਮ ਨਹੀਂ ਹੁੰਦਾ। ਅੱਜ ਤੁਹਾਨੂੰ ਕਹਿਣਿਆ, ਮੈਨੂੰ ਲੱਗਦਾ ਕਿ ਸਿੱਧੂ ਤੋਂ ਬਾਅਦ, ਜਿਵੇਂ ਆ ਸਿੱਧੂ ਬਾਈ ਜੀ, ਤੁਹਾਨੂੰ ਮੈਂ ਇੱਕ ਵੀਡੀਓ ਵੀ ਦਿਖਾ ਦਈਏ, ਸਿੱਧੂ ਤੋਂ ਬਾਅਦ ਜਿਹੜਾ ਵੀ ਪੱਗਾਂ ਵਾਲਾ ਬੰਦਾ ਆ, ਪੱਗ ਵਾਲਾ ਆਹ ਸੁਣ ਲਓ ਮਾੜੀ ਜੀ ਵੀਡੀਓ, ਸਿੱਧੂ ਤੋਂ ਬਾਅਦ ਜੇ ਇਹਨਾਂ ਜਿਹੜੀਆਂ ਕਤੀੜਾਂ ਨੇ, ਜਿਹੜੀਆਂ ਇਹ ਵੱਡੀਆਂ ਰਾਸ਼ਟਰਵਾਦੀ ਕਤੀੜਾਂ ਨੇ, ਜਿਹਨਾਂ ਨੂੰ ਕੋਈ ਚੁਬਿਆ ਤਾਂ ਬੰਦਾ ਸੁਭ ਚੁਬਿਆ ਮੁੰਡਾ। ਇਹਨੇ ਆ ਰਿਹਾ ਸੀ ਇੰਡੀਆ ਦਾ ਟੂਰ ਲਾਉਣ ਆ ਰਿਹਾ ਸੀਗਾ ਇਹ ਮੁੰਡਾ, ਬੜੇ ਵੱਡੇ ਵੱਡੇ ਦੇਖ ਰਹੇ ਸੀਗੇ ਇਹਨੂੰ, ਦੁਨੀਆਂ ਨੂੰ ਬਾਜ ਕਰ ਰਹੀ ਸੀਗੀ। ਪਰ ਜਦੋਂ ਇਹਨੇ ਮਾੜੀ ਜਿਹੀ ਗੱਲ ਮੁੰਡੇ ਨੇ ਪੰਜਾਬ ਦੀ ਕੀਤੀ, ਆਪਣੇ ਕੌਮ ਦੀ ਗੱਲ ਕੀਤੀ, ਤਾਂ ਇਹਨਾਂ ਦੇ ਮਿਰਚਾਂ ਵਾਂਗੂ ਚੁਭ ਗਈ। ਹੁਣ ਸਭ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਇਹ ਗੱਲ ਸੁਣ ਲਿਓ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਭ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀਰੇ, ਤੇਰੇ ਨਾਲ ਕੌਮ ਸਾਰੀ, ਤੇਰੇ ਨਾਲ ਪੰਜਾਬ, ਤੇਰਾ ਨਾਮ ਛੋਟਾ ਨਹੀਂ ਹੋਇਆ, ਤੇਰਾ ਨਾਮ ਵੱਡਾ ਹੋਇਆ, ਦੁਨੀਆਂ ਦੇ ਵਿੱਚ ਵੱਡਾ ਹੋਇਆ। ਮੈਨੂੰ, ਮੈਂ ਸੱਚੀ ਕਹਿਣਾ ਬਾਈ ਛੋਟੇ ਵੀਰ, ਮੈਂ ਤੇਰੇ ਗੀਤ ਇੰਨੇ ਪਹਿਲਾਂ ਬਹੁਤ ਘੱਟ ਸੁਣੇ ਨੇਗੇ, ਪਰ ਹੁਣ ਮੈਨੂੰ ਇਹ ਲੱਗ ਰਿਹਾ ਕਿ ਯਾਰ ਬੰਦਾ, ਯਾਰ ਜਿਹੜਾ ਬੰਦਾ ਸਾਡੇ ਪੰਜਾਬ ਨੂੰ ਏਡਾ ਵੱਡਾ, ਸਾਡੇ ਏਡਾ ਵੱਡਾ ਚੁਭ ਰਿਹਾ, ਇਹਨਾਂ ਸਟੇਟਾਂ ਨੂੰ ਇਹਨਾਂ ਨੂੰ ਚੁਭ ਰਿਹਾ, ਇਹਨਾਂ ਨੂੰ ਰਾਸ਼ਟਰਵਾਦੀ ਭੇਡਾਂ ਨੂੰ ਚੁਭ ਰਿਹਾ, ਤਾਂ ਉਹ ਬੰਦਾ ਆਮ ਨਹੀਂ, ਕੋਈ ਆਮ ਨਹੀਂ ਹੈਗਾ, ਬਹੁਤ ਖਾਸ ਬੰਦਾ ਹੈ। ਅਗਲੀ ਗੱਲ ਤੈਨੂੰ ਜਿਹੜੀ ਮੈਂ ਕਹਿਣਾ ਚਾਹੁੰਦਾ, ਖਾਸ ਕਰਕੇ ਵੀ ਅਸੀਂ ਤੇਰੇ ਨਾਲ ਜਿੱਥੇ ਕਵੇਂਗਾ ਤੇਰੇ ਨਾਲ ਕਮਿਊਨਿਟੀ ਤੇਰੀ ਨਾਲ ਹੈ, ਠਿੱਕ ਠੋਕ ਕੇ ਪੰਜਾਬ ਦੀ ਗੱਲ ਕਰ, ਠਿੱਕ ਡਾਹ ਕੇ ਆਪਣੀ ਕਮਿਊਨਿਟੀ ਦੀ ਗੱਲ ਕਰ ਵੀਰੇ, ਪਹਿਚਾਣੀ ਇਹ ਬਾਲੀਵੁੱਡ ਕੀ ਹੈ, ਜਿਵੇਂ ਸਿੱਧੂ ਗੱਲ ਨੇ ਗੱਲ ਕਹੀ ਹੈ, ਇਹ ਬਾਲੀਵੁੱਡ ਕੇ ਕਤੀੜਾ ਕੱਟੀਆਂ ਹੋਈਆਂ ਨੇ ਬਾਲੀਵੁੱਡ ਦੇ ਵਿੱਚ, ਆਪਣੀ ਤਾਂ ਪਹਿਚਾਣ ਜਿਵੇਂ ਸਿੱਧੂ ਬਾਈ ਨੇ ਕਹੀ ਹੈ, ਤੁਹਾਡੀ ਤਾਂ ਪਹਿਚਾਣ ਬਾਈ, ਤੁਹਾਡਾ ਮੈਂ ਧੰਨਵਾਦ ਕਰਦਾ, ਤੁਸੀਂ ਐਡੀ ਸਾਡੀ ਜਿਹੜੀ ਪੰਜਾਬ ਦੀ ਪਹਿਚਾਣ ਬਣਾ ਰਹੇ ਹੋ, ਇਹ ਕਤੀੜਾ ਦਾ ਇੱਥੇ ਤਿਕਰ ਸੀ, ਤੁਹਾਡੀ ਪੰਜਾਬ, ਤੁਹਾਡੀ ਚੜ੍ਹਾਈ ਤਾਂ ਬਾਈ ਹਾਲੀਵੁੱਡ ਤਿਕਰ ਆ ਯਾਰ। ਹੁਣ ਸਿੱਧੂ ਬਾਈ ਨੂੰ ਚੜ੍ਹਾਈ ਕਿੱਥੇ ਸੀਗੀ ਸਿੱਧੂ ਬਾਈ ਦੀ, ਹੁਣ ਵੀ ਚੜ੍ਹਾਈ ਦੁਨੀਆਂ ਰਹਿੰਦੀ, ਦੁਨੀਆਂ ਤਿਕਰ ਰਹਿਣੀ ਆ, ਰਹਿੰਦੀ ਦੁਨੀਆਂ ਤਿਕਰ ਸਿੱਧੂ ਬਾਈ ਦੀ ਚੜ੍ਹਾਈ ਰਹਿਣੀ ਆ। ਇਹ ਕਤੀੜਾ ਨੂੰ ਤੁਸੀਂ, ਵਿਰਾਟ ਕੋਹਲੀ ਨੇ ਅਨਫੋਲੋ ਕਰਤਾ, ਇਹਦੇ ਇਹੋ ਜਿਹੇ ਕਤੀੜਾ ਨੂੰ ਤੁਸੀਂ, ਇਹ ਕਤੀੜਾ ਨੇ ਸਾਰੇ ਇਕੱਠੀਆਂ ਹੋਈਆਂ ਹੋਈਆਂ ਯਾਰ, ਇਹਨਾਂ ਨੂੰ ਆਪਾਂ ਜਾਣਦੇ ਕੀ ਹੈ, ਵਿਰਾਟ ਕੋਹਲੀ ਵਰਗੇ ਮੁੱਦਾ ਬਣਾ ਰਹੇ ਨੇ, ਅਨਫੋਲੋ ਕਰਤਾ, ਇਹ ਜਿਹਾ ਕਰਤਾ, ਆਹ ਬਾਲੀਵੁੱਡ ਵਾਲੀਆਂ ਸਾਰੀਆਂ ਕਤੀੜਾ ਇਕੱਠੀਆਂ ਹੋਈਆਂ ਹੋਈਆਂ ਨੇ, ਇਹਨਾਂ ਕਤੀੜਾ ਨੂੰ ਆਪਣਾ ਲੈਵਲ ਹੀ ਨਹੀਂ ਹੈਗਾ ਇਹਨਾਂ ਕਤੀੜਾ ਨਾਲ। ਸਾਡੀ ਕਮਿਊਨਿਟੀ ਕੀ ਹੈ, ਹੁਣ ਇਹਨਾਂ ਕਤੀੜਾ ਨੂੰ ਮੈਂ ਦੱਸ ਦੇਣਾ ਚਾਹੁੰਦਾ, ਸਾਡੀ ਕਮਿਊਨਿਟੀ ਹੈ ਕੀ ਹੈ, ਅਸੀਂ ਹੈ ਕੀ ਹੈ, ਸਾਡੀ ਪਹਿਚਾਣ ਉਹ ਹੈ ਜਿਹਦੇ ਸਿਰ ਤੇ ਅੱਜ ਪੂਰਾ ਇਹ ਪੂਰਾ ਭਾਰਤ ਦੇਸ਼ ਵਸ ਰਿਹਾ, ਸਾਡੀ ਪਹਿਚਾਣ ਇਹ ਹੈ। ਇਹ ਇਸ ਦਾ ਮੈਂ ਜਵਾਬ ਦੇ ਦੇਣਾ ਚਾਹੁੰਦਾ ਕਿ ਪੰਜਾਬੀ ਕਮਿਊਨਿਟੀ ਕੀ ਆ, ਪੰਜਾਬੀ ਕੀ ਨੇ, ਸਿੱਖ ਕੌਮ ਕੀ ਹੈ। ਪੂਰੀ ਦੁਨੀਆਂ ਦੇ ਵਿੱਚ ਇਹ ਚੀਜ਼ ਦਾ ਪਤਾ ਹੈ ਕਿ ਜਦੋਂ ਕਿ ਮੁਗਲਾਂ ਦੇ ਅੱਤਿਆਚਾਰ ਹੋ ਰਿਹਾ ਸੀਗਾ, ਜਦੋਂ ਕਿ ਮੁਗਲ ਕਹਿ ਰਹੇ ਸੀਗੇ ਅਸੀਂ, ਦੇਖੋ ਮੁਗਲ ਕੋਈ ਮੁਸਲਮਾਨ ਧਰਮ ਨਹੀਂ ਮਾੜਾ, ਉਹਦੇ ਵਿੱਚੋਂ ਕੁਛ ਸ਼ਾਸਕ, ਕੁਛ ਰਾਜ, ਕੁਛ ਜਿਹੜੇ ਰਾਜ ਕਰ ਰਹੇ ਗੱਦੀ ਤੇ ਬੈਠੇ ਹੋਏ ਰਾਜੇ ਸੀਗੇ, ਉਹ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਹੀ ਮੁਸਲਮਾਨ ਬਣਾਉਣਾ, ਇਸ ਜਿਹੜੀ ਹਿੰਦੁਸਤਾਨ ਇਹਨੂੰ ਸਾਰਿਆਂ ਨੂੰ ਮੁਸਲਮਾਨ ਬਣਾਉਣਾ। ਸਾਡੇ ਗੁਰੂ ਸਾਹਿਬਾਨ ਕਹਿੰਦੇ ਇਹ ਕੰਮ ਨਹੀਂ ਹੋ ਸਕਦਾ, ਇਹ ਕੰਮ ਨਹੀਂ ਹੋ ਸਕਦਾ। ਸਾਡੇ ਹੁੰਦੇ ਸਾਡੇ ਗੁਰੂ ਸਾਹਿਬਾਨ ਕਹਿੰਦੇ ਪਹਿਲੀ ਸਾਡੀ ਸ਼ਹੀਦੀ ਧੰਨ ਧੰਨ ਸ੍ਰੀ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਦਿੱਤੀ, ਇਸ ਤੋਂ ਬਾਅਦ ਸਾਡਾ ਸ਼ਹੀਦੀਆਂ ਦਾ ਦੌਰ ਚੱਲਿਆ। ਗੁਰੂ ਸਾਹਿਬਾਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ, ਗੁਰੂ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਸਰਬੰਸ਼ ਇਸ ਜਿਹੜੀ ਹਿੰਦੁਸਤਾਨ ਨੂੰ ਬਚਾਉਣ ਲਈ ਵਰਤਾ। ਅਗਲੀ ਗੱਲ ਕਰ ਲਓ, ਅਗਲੀ ਗੱਲ ਛਿੱਤਰ ਖਾਈ ਗਏ, ਫਿਰ ਛਿੱਤਰ ਖਾਈ ਗਏ ਇਹਨਾਂ ਨੇ ਕੀ ਕਰਿਆ, ਜਿਵੇਂ ਆਪਾਂ ਸੋਮਨਾਥ ਮੰਦਰ ਦੀ ਬਹੁਤ ਇੱਕ ਮੰਦਰ ਦੀ ਬਹੁਤ ਵੱਡੀ ਉਦਾਹਰਨ ਆਉਂਦੀ ਆ ਕਿ ਉੱਥੇ ਅਕੇ ਵੀ ਉੱਥੇ ਛਿੱਤਰ ਖਾਈ ਗਏ ਹੈ ਸਾਰੇ ਇਕੱਠੇ ਹੋ ਕੇ, ਠੀਕ ਹੈ। ਸਾਡੀ ਕਮਿਊਨਿਟੀ ਨੇ ਕੀ ਕੀਤਾ, ਇਦੂ ਬਾਅਦ 'ਚ ਇਹ ਫਿਰ ਅੰਗਰੇਜ਼ਾਂ ਅਧੀਨ ਇਹ ਦੇਸ਼ ਗੁਲਾਮ ਹੋ ਗਿਆ, ਛਿੱਤਰ ਖਾਈ ਗਏ ਅੰਗਰੇਜ਼ਾਂ ਤੋਂ, ਛਿੱਤਰ ਖਾਈ ਗਏ ਅੰਗਰੇਜ਼ਾਂ ਤੋਂ ਇਹ। ਸਾਡੀ ਕਮਿਊਨਿਟੀ ਨੇ ਕੀ ਕੀਤਾ, ਅਸੀਂ ਵੀ, ਸਾਡੇ ਕਰਤਾਰ ਸਿੰਘ ਸਰਾਭੇ ਵਰਗੇ ਕਹਿੰਦੇ, ਗਦਰੀ ਬਾਬੇ ਕਹਿੰਦੇ, ਅਸੀਂ ਵੀ ਟਿੱਕ ਕੇ ਅਮੈਰੀਕਨ 'ਚ ਨਹੀਂ ਬੈਠਣਾ, ਸਾਰੇ ਵਾਪਸ ਵੱਜੇ। ਸਭ ਤੋਂ ਵੱਧ 90% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਜਿਹੜੇ ਆ ਮੂਤਪੀਣੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਨਾ, ਵੱਡੀਆਂ ਵੱਡੀਆਂ ਇੱਥੇ ਭਕਾਈਆਂ ਮਾਰਦੇ ਨੇ, ਵੱਡੇ ਆਪਦੇ ਆਪ ਨੂੰ ਇਸ ਦੇਸ਼ ਦੇ ਆਪਦੇ ਰਖਵਾਲੇ ਸਮਝਦੇ ਨੇਗੇ, ਛਿੱਤਰ ਇਹ ਉਦੋਂ ਖਾਈ ਗਏ, ਉਦੋਂ ਫਿਰ ਅਸੀਂ 90% ਕੁਰਬਾਨੀਆਂ ਦੇ ਕੇ ਇਸ ਦੇਸ਼ ਦੇ ਵਿੱਚੋਂ ਅੰਗਰੇਜ਼ਾਂ ਨੂੰ ਭਜਾਇਆ, ਠੀਕ ਹੈ। ਸਾਡੀ ਕਮਿਊਨਿਟੀ ਉਹ ਹੈ ਜਿਹਦੇ ਕਰਕੇ ਇਸ ਦੇਸ਼ ਦੇ ਜਦੋਂ ਇਸ ਦੇਸ਼ ਨੂੰ ਅਨਾਜ ਦੇ ਬਿਲਕੁਲ ਦੇਸ਼ ਭੁੱਖਾ ਮਰ ਰਿਹਾ ਸੀ, ਅਮੈਰੀਕਾ ਵਰਗੇ ਦੇਸ਼ਾਂ ਅੱਗੇ ਜਾ ਕੇ ਮਿੰਨਤਾਂ ਕੱਢ ਰਿਹਾ ਸੀ, ਸਾਡੇ ਪੰਜਾਬ ਦੇ ਲੋਕਾਂ ਨੇ ਟਿੱਬੇ ਕਰਾ ਕੇ ਇਸ ਦੇਸ਼ ਦੇ ਅਨਾਜ ਦੇ ਭੰਡਾਰ ਭਰੇ। ਆਰਥਿਕ ਅਵਸਥਾ ਦੇ ਵਿੱਚ ਸੁਣ ਲਓ ਮੇਰੇ ਧਿਆਨ ਨਾਲ ਗੱਲ, 252 ਕਿਲੋ ਸੋਨਾ ਇਕੱਲੇ ਪੰਜਾਬ ਦੇ ਵਿੱਚੋਂ ਇਕੱਠਾ ਹੋਇਆ, ਤੁਹਾਡੇ ਪੂਰੇ ਪੂਰੇ ਭਾਰਤ ਦੇ ਵਿੱਚੋਂ 17 ਕਿਲੋ ਸੋਨਾ ਨਹੀਂ ਇਕੱਠਾ ਹੋਇਆ। ਅਗਲੀ ਗੱਲ ਸੁਣ ਲਓ,
पूरा जो तुम छत्तर खाई गए कितने इधरों चीन तो छत्तर खाने हो कहते पाकिस्तान तो छत्तर खाने उदो साडी कम्युनिटी ने सानू सोनू बचाया तुसी सानू अज खालिस्तानी जा है गल्लां तुसी जिहड़े सानू करदे हो साडे तुसी पग्गां वाले मुंडे नूं तुसी इह गल्लां तुसी की साबित करदे हो छत्तर खाणी तुसी तुहाडी जात आ छत्तर तुसी हर इक तों खांदे आए हो तुसी साडे मुंडे नूं तुसी इहो जिहियां गल्लां बोल सकदे हो साडी दुनिया दे विच पूरी धक्क आ ते रहूगी उह दुनिया दे विच धक्क आ बठा शेरे पंजाब महाराजा रणजीत सिंह जिहदा पूरी पूरी दुनिया दे विच धक्क